السلام عليك يا يا رسول الله وسلم عليك يا يا حبيب الله الصلاة والسلام عليك يا يا رسول الله وسلم عليك يا يا حبيب الله أعوذ بالله من الشيطان الرجيم بسم الله الرحمن الرحيم میرے دوستو تے میرے اسلامی بھائی بھرو تانوں اگے بھی میں بسم اللہ شریف دے طریقہ کار دسیا ہے ਤੁਸੀਂ ਕਹਿੰਦੇ ਬਾਬਾ ਜੀ ਸਾਨੂੰ ਅਸੀਂ ਜਿਹੜਾ 5 ਦਿਨ 'ਚ ਕਰਨਾ ਚਾਹੁੰਦੇ ਹਾਂ ਵਜ਼ੀਫਾ ਸਾਨੂੰ ਉਹਦਾ ਤਰੀਕਾਕਾਰ ਦੱਸੋ ਮੇਰੇ ਦੋਸਤੋ ਮੇਰੇ ਇਸਲਾਮੀ ਭੈਣ ਭਰਾਓ ਜਿਹੜਾ ਵੀ ਇਨਸਾਨ ਇਹ ਦਿਲ 'ਚ ਗੌਰ ਕਰ ਲੈਂਦਾ 100 ਗੱਲਾਂ ਦੀ ਇੱਕ ਗੱਲ 100 ਗੱਲਾਂ ਇੱਕ ਪਾਸੇ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਡਰਨਾ ਨਹੀਂ ਇਹਦੇ 'ਚ ਕੋਈ ਇਸ ਕੋਲੋਂ ਕੋਈ ਐਸਾ ਮਸਲਾ ਨਹੀਂ ਹੁੰਦਾ ਤੁਹਾਨੂੰ ਦੱਸਦਾ ਕਈ ਬੰਦੇ ਡਰਾਉਂਦੇ ਨੇ ਡਰਨ ਵਾਲੀ ਬੱਚੀ ਉਹਦੇ 'ਚ ਕੋਈ ਸ਼ਾਇਦ ਨਹੀਂ ਹੈਗੀ ਤੁਹਾਨੂੰ ਦੱਸਾਂ ਬਿਸਮਿਲ੍ਲਾ ਸ਼ਰੀਫ 'ਚ ਕੋਈ ਐਸਾ ਚੀਜ਼ ਨਹੀਂ ਡਰਾਉਂਦੀ ਹੈਗੀ ਤੁਹਾਨੂੰ ਦੱਸਦਾ ਅਗਰ ਤੁਸੀਂ 5 ਦਿਨ 'ਚ 1.25 ਲੱਖ ਕਰ ਲਓਗੇ ਨਾ ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਇਹਨੂੰ 19 ਦਫ਼ਾ ਇਹ 3 ਤਾਂ ਦਾਦਾ ਤੁਸੀਂ ਯਾਦ ਰੱਖੋ ਪਹਿਲੇ ਮੇਰੀ ਤੁਹਾਨੂੰ ਦੱਸਦਾ 19 ਦਫ਼ਾ ਜਾਂ 90 ਦਫ਼ਾ ਜਾਂ 70 ਦਫ਼ਾ ਇਹ ਹਰ ਰੋਜ਼ ਤੁਸੀਂ ਪੜ੍ਹਨੀ ਕਰਨੀ ਹੈ ਚਾਹੇ ਤੁਸੀਂ 3 ਚਿਹਰੇ ਕਰ ਲਓ 1.25 ਲੱਖ ਦੇ ਚਾਹੇ ਤੁਸੀਂ 1 ਹੀ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਇਹ ਤਾਦਾਦ ਰੱਖਣੀ ਹੈ ਕਿਸੇ ਕਿਸਮ ਦੀ ਤੁਹਾਨੂੰ ਪਰੇਸ਼ਾਨੀ ਹੋਏਗੀ ਇਨਸ਼ਾ ਅੱਲਾਹ ਤਾਲਾ ਦੂਰ ਅੱਲਾਹ ਤਾਲਾ ਕਰੇਗਾ ਅਗਰ ਤੁਸੀਂ ਸੁਬਹਾ ਦੇ ਫਜਰ ਦੀਆਂ ਸੁਨਤਾਂ ਪੜ੍ਹ ਕੇ ਅਤੇ ਫਰਜ਼ਾਂ ਦਰਮਿਆਨ ਪੜੋਗੇ ਸਿਰਫ 90 ਦਫ਼ਾ ਬਿਸਮਿਲ੍ਲਾ ਸ਼ਰੀਫ ਤਾਂ ਜ਼ਿੰਦਗੀ ਆਪਣਾ ਵਜ਼ੀਫਾ ਤੁਸੀਂ ਬਣਾਉਣਾ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਲੰਮੇ ਵਜ਼ੀਫੇ ਨਹੀਂ ਕਰਨੇ ਪੈਣਗੇ 1.25 ਲੱਖ ਨਹੀਂ ਕਰਨਾ ਪੈਣਗਾ 1 ਵਾਰਾ ਕਰ ਲਓ ਬਸ 1 ਵਾਰਾ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਅੱਲਾਹ ਤਾਲਾ ਨੂੰ ਲਿਖਣਾ ਅੱਲਾਹ ਤਾਲਾ ਤੁਹਾਨੂੰ ਤਾਕਤ ਕਾਹੀ ਦੇਗਾ ਤੁਹਾਨੂੰ ਕੈਸਾ ਨੂਰ ਤੁਹਾਡੇ 'ਤੇ ਅੱਲਾਹ ਤਾਲਾ ਨਿਸ਼ਾਵਰ ਕਰ ਦੇਗਾ ਐਸੀਆਂ ਬਰਕਤਾਂ ਤੁਹਾਡੇ 'ਤੇ ਅੱਲਾਹ ਤਾਲਾ ਨਿਸ਼ਾਵਰ ਕਰੇਗਾ ਤੁਸੀਂ ਯਾਦ ਕਰੋਗੇ ਬੱਚਿਓ ਤੁਸੀਂ ਪੜ੍ਹਨ ਨਾਲ ਕਹਿੰਦੇ ਪੜ੍ਹਨ ਦਾ ਸਾਰਾ ਕੰਮ ਹੈਗਾ ਜੀ ਗੱਲੀ ਬਾਤੀ ਕੁਛ ਨਹੀਂ ਲੱਭਦਾ ਤੁਹਾਨੂੰ ਮੈਂ ਦੱਸਦਾ ਐਸਾ ਇਨਸਾਨ ਹੋਣਾ ਚਾਹੀਦਾ ਸਮੁੰਦਰ ਪਈਏ ਲੇਕਿਨ ਹੁਣ ਜਿਹੜੇ ਨਾ ਦੇਖਣ ਦਾ ਕਹੇ ਖੁਸ਼ ਕੀ ਨੇ ਕੁਛ ਵੀ ਇਹਨੇ ਪਿਤਾ ਕੁਛ ਨਹੀਂ ਇਸ ਲਈ ਇੰਨਾ ਕੁ ਨੂਰ ਤੁਹਾਡੇ ਅੰਦਰ ਪੈਦਾ ਹੋ ਜੇ ਤੁਸੀਂ 1.25 ਲੱਖ ਪਾਉਣ 'ਚ 3 ਵਜ਼ੀਫੇ ਵੀ ਕਰ ਲਓ 1.25 ਲੱਖ ਦੇ ਤੁਸੀਂ ਤਾਂ ਦੇਖਣ ਵਾਲਾ ਕਹੇ ਯਾਰ ਇਹਨੇ ਤਾਂ ਪਤਾ ਨਹੀਂ ਕਿ 10ਵੀਂ ਨਹੀਂ ਕੱਢੀ ਐਸਾ ਤੁਹਾਡੇ ਤਾਸੁਰਾਤ ਹੋਣਾ ਚਾਹੀਦੇ ਨੇ ਇਹ ਨਹੀਂ ਤੁਸੀਂ 1.25 ਲੱਖ ਕੱਢ ਲਿਆ ਉਸ ਤੋਂ ਬਾਅਦ ਤੁਸੀਂ ਲੰਮੇ ਪੈ ਗਏ ਮਰ ਗਏ 1.25 ਲੱਖ ਪੂਰਾ ਕਰ ਰਹੇ ਯਾਰ ਬੜਾ ਹੋ ਗਿਆ ਉਹਨੂੰ ਦੱਸ ਰਹੇ ਇਹਨੂੰ ਦੱਸ ਰਹੇ ਚੁੱਪ ਚੁਪੀਤੇ ਆਪਣਾ ਕੰਮ ਕਰੋ ਸਮੁੰਦਰ ਭਿਜੋ ਹੁਣ ਤੁਹਾਡੇ ਖੁਸ਼ ਘੋੜੇ ਦੇਖਣ ਲੱਗ ਕਵੇ ਯਾਰ ਇਹਦੇ 'ਚ ਪੀਤਾ ਕੁਛ ਨਹੀਂ ਹੋਇਆ ਇਸ ਤਰ੍ਹਾਂ ਕੁਰਾਨ ਪੂਰਾ ਤੁਹਾਡੇ ਅੰਦਰ ਸੀਨੇ ਤੁਹਾਡਾ ਨੂਰ ਉਤਰ ਜੇ ਕੁਰਾਨ ਦਾ ਬਿਸਮਿਲ੍ਲਾ ਦਾ ਪੂਰਾ ਨੂਰ ਉਤਰ ਜੇ ਤੁਹਾਨੂੰ ਲੇਕਿਨ ਮਹਿਸੂਸ ਨਾ ਹੋਵੇ ਦੂਸ ਦੇਖਣ ਨੂੰ ਮਹਿਸੂਸ ਨਾ ਹੋਵੇ ਤੁਹਾਨੂੰ ਦੱਸਦਾ ਲੇਕਿਨ ਤੁਹਾਡੇ ਅੰਦਰ ਨੂਰ ਦੀ ਬਰਸਾਤ ਬੂਟੀਆਂ ਫੁੱਲਦੀਆਂ ਹੋਣ ਇਹ ਗੁਲਾਬ ਦੇ ਫੁੱਲ ਦੇ ਅੰਦਰ ਉਹ ਸੀਨਾ ਖੁੱਲ੍ਹਦਾ ਹੋਵੇ ਖੁੱਲ੍ਹਦਾ ਹੋਵੇ ਖੁਸ਼ਬੂ ਆਉਂਦੀਆਂ ਤੁਹਾਨੂੰ ਪਤਾ ਲੱਗੇ ਅਸੀਂ ਬਿਸਮਿਲ੍ਲਾ ਪੜ੍ਹੀ ਤੋ ਮੇਰੇ ਦੋਸਤੋ ਹੁਣ ਤੁਹਾਨੂੰ ਮੈਂ ਤਰੀਕਾ ਦੱਸਣ ਲੱਗਾ ਸਿਰਫ 5 ਦਿਨ ਤੁਸੀਂ ਜਿਹੜਾ ਪੜ੍ਹਨਾ ਕਰਨਾ ਹੈ 1.25 ਲੱਖ ਕਰਨਾ ਹੈ ਔਰ ਦੁਨੀਆ ਦੀ ਜੈਸੀ ਮੁਸੀਬਤ ਤੁਹਾਨੂੰ ਮਹਿਸੂਸ ਹੋਣੀ ਹੈ ਦੁਨੀਆ ਦੀ ਮੁਸੀਬਤ ਤਾਂ ਨਹੀਂ ਜਾ ਸਕਦੀ ਮੇਰੇ ਦੋਸਤੋ ਮੇਰੇ ਭੈਣ ਭਰਾਓ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਨਸ਼ਾਅੱਲਾ ਕਰੋ ਦਾਵਾ ਹੀ ਹੈਗਾ ਤੁਹਾਨੂੰ ਦੱਸਾਂ ਬਿਸਮਿਲ੍ਲਾ ਦੇ ਮੈਨੂੰ ਬਿਸਮਿਲ੍ਲਾ ਦਾ ਐਡਾ ਹੀ ਪੱਕਾ ਮੈਨੂੰ ਯਾਨੀ ਕਿ ਮੇਰਾ ਇਮਾਨ ਹੈਗਾ ਬਿਸਮਿਲ੍ਲਾ ਸਾਰੇ ਕੰਮ ਖਤਮ ਕਰ ਦਿੰਦੀ ਮੁਸੀਬਤਾਂ ਦੂਰ ਕਰ ਦਿੰਦੀ ਹੈ ਬੇਰੁਜ਼ਗਾਰੀ ਖਤਮ ਕਰ ਦਿੰਦੀ ਹੈ ਬੇਔਲਾਦ ਨੂੰ ਲਾ ਦਿੰਦੀ ਅਗਰ ਬੰਦਾ ਸਬਰ ਕਰਕੇ ਅੱਲਾਹ ਤਾਲਾ ਕੋਲ ਗਿੜਗੜਾ ਕੇ ਮੰਗੇ ਦਿਲੋ ਕੇ ਇੱਕ ਉਹਦੀ ਸੰਘ ਉੱਤੇ ਗੱਲ ਕਰਨੀ ਇੱਕ ਉਹਦੀ ਦਿਲੋਂ ਪੜ੍ਹਨਾ ਦਿਲ ਲਾ ਕੇ ਟਾਈਮ ਨਹੀਂ ਦੇਖਣਾ ਕਿੰਨਾ ਟਾਈਮ ਲੱਗ ਰਿਹਾ ਹੈ ਕਿਸ ਤਰ੍ਹਾਂ ਹੋ ਰਿਹਾ ਅਤੇ ਤਰੀਕਾਕਾਰ ਇਹੋ ਹੀ ਹੋਣਾ ਤੁਸੀਂ ਰੋਜ਼ਾ ਰੱਖਣਾ ਹੈ ਅਤੇ ਫਿਰ ਕਿਹਾ ਹੀ ਬਾਤ ਤੁਹਾਡੀ ਰੋਜ਼ਾ ਰੱਖਣਾ ਜੇ ਰੋਜ਼ਾ ਨਹੀਂ ਰੱਖ ਸਕਦੇ ਕੋਈ ਗੱਲ ਨਹੀਂ ਨਮਾਜ਼ ਦੀ ਪਾਬੰਦੀ ਕਰੋ ਤੁਸੀਂ ਮੇਰੇ ਦੋਸਤੋ 5 ਵਕਤ ਦੀ ਨਮਾਜ਼ ਪੜ੍ਹੋ ਔਰ ਸੁਬਹਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਤੁਸੀਂ ਬਹਿਣਾ ਕਰਨਾ ਉਹ ਮੈਂ ਤੁਹਾਨੂੰ ਦੱਸਣਾ ਹੋਰ ਮੇਰੇ ਦੋਸਤੋ ਦੂਸਰੇ ਨੰਬਰ ਤੁਹਾਨੂੰ ਮੈਂ ਇਹ ਦੱਸਣ ਤੋਂ ਪਹਿਲੇ ਮੈਂ ਦੱਸਣ ਲੱਗਾ ਵੀ ਜਿਸ ਬੰਦੇ ਨੇ ਤਸਵੀਰ ਇਸਤਗਾਰਾ ਮੇਰੇ ਕੋਲ ਕਰਵਾਉਂਦਾ ਹੈ
ਉਹਨੂੰ ਚਾਹੀਦਾ ਆਪਣਾ ਨਾਮ, ਆਪਣੀ ਵਾਲਦਾ ਦਾ ਨਾਮ, ਆਪਣੇ ਸ਼ਹਿਰ ਦਾ ਨਾਮ, ਆਪਣੇ ਮੁਲਕ ਦਾ ਨਾਮ। ਵਾਲ ਮੈਸੇਜ 'ਤੇ ਦੱਸ ਦੇਵੇ ਕਰੇ, ਬੋਲ ਕੇ ਮੈਨੂੰ ਦੱਸ ਦੇ ਕਰੇ ਵੀ ਇਹ ਕਿਉਂਕਿ ਮੈਨੂੰ ਬਾਰ ਬਾਰ ਮੈਨੂੰ ਤੁਹਾਨੂੰ ਕਰਨਾ ਪੈਂਦਾ ਹਾਂ ਜੀ ਉਹ ਕਿਸ ਸ਼ਹਿਰ 'ਚ ਰਹਿੰਦੇ ਹੋ, ਕਿਸ ਤਰ੍ਹਾਂ ਹੁੰਦਾ ਦੋਸਤੋ। ਨਾਲੇ ਇਸ਼ਤਿਹਾਰਾ ਜਿਹੜਾ ਨਾ ਬਸ ਇੱਕ ਦੋ ਦਿਨ ਦਾ, ਕੱਲ੍ਹ ਕੀ ਹੋਣਾ ਇੱਥੇ ਤੀਕਰ, ਕੱਲ੍ਹ ਦਾ ਵੀ ਨਹੀਂ, ਤੁਸੀਂ ਇਸ਼ਤਿਹਾਰਾ ਕਰਨਾ ਵੀ ਕੱਲ੍ਹ ਮੈਂ ਇਹਦਾ ਕੰਮ ਕਰਾਂਗਾ, ਕੋਈ ਚੰਗਾ ਹੋਏਗਾ ਨਹੀਂ, ਇਹੋ ਜਿਹੇ ਕੰਮ ਇਸ਼ਤਿਹਾਰੇ ਕਰਾਇਆ ਕਰੋ, ਮੇਰੇ ਚੰਗੇ ਚੰਗੇ ਪੁੱਠੇ ਸਿਰ ਦੇ ਇਸ਼ਤਿਹਾਰੇ ਵੀ ਨਾ ਮੈਂ ਉਹ ਕਰਾਇਆ ਕਰੋ ਇਸ਼ਤਿਹਾਰੇ। ਅੱਛਾ ਜੀ ਲੋ, ਫਿਰ ਦੋਸਤੋ ਇਸ ਤੋਂ ਪਹਿਲੇ ਤੁਹਾਨੂੰ ਮੈਂ ਦੱਸਾਂ ਇਹਦੀ ਤਾਦਾਦ ਕਿਸ ਤਰ੍ਹਾਂ ਨੂੰ ਕਰਨਾ ਹੈ। ਅਤੇ ਮੇਰੇ ਦੋਸਤੋ ਇਸ ਵੀਡੀਓ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਕਰੋ, ਸ਼ੇਅਰ ਵੀ ਕਰਿਆ ਕਰੋ। ਜਿਸ ਤਰ੍ਹਾਂ ਦੋਸਤੋ ਮੈਂ ਤੁਹਾਡੇ ਨਾਲ ਪਿਆਰ ਕਰਨਾ ਬੱਚਿਆਂ ਨਾਲ, ਤੁਸੀਂ ਸਿਰਫ ਬਟਨ ਟੱਪਣਾ ਹੁੰਦਾ, ਲਾਈਕ ਕਰਨਾ ਹੁੰਦਾ, ਸ਼ੇਅਰ ਕਰਨਾ ਹੁੰਦਾ, ਬਸ ਇੰਨਾ ਕੰਮ ਤੁਹਾਡਾ ਹੈ। ਮੈਂ ਕੰਮ ਤਾਂ ਸਾਰਾ ਮੈਂ ਇਨਸ਼ਾਅੱਲਾ ਕਰਾਂਗਾ, ਜੋ ਤੁਸੀਂ ਕਹਿੰਦੇ ਹੋ ਮੈਂ ਕਰਕੇ ਤੁਹਾਨੂੰ ਉਸ ਵਕਤ ਦਿੰਦਾ। ਲੋ ਫਿਰ ਮੇਰੇ ਦੋਸਤੋ ਅਤੇ ਮੇਰੇ ਪਿਆਰੇ ਬੱਚੋ, ਜਦੋਂ ਬੰਦਾ ਕਿਸੇ ਮੁਸੀਬਤ ਫਸ ਜਾਵੇ, ਕਿਸੇ ਪਾਸੋਂ ਕੋਈ ਰਸਤਾ ਨਾ ਖੁੱਲਦਾ ਹੋਵੇ, ਪੰਜ ਦਿਨ ਸਿਰਫ ਤੁਸੀਂ ਪੜ੍ਹਨੀ, ਪੰਜ ਦਿਨ, ਪੰਜਾਂ ਦਿਨਾਂ ਬਾਅਦ ਇਨਸ਼ਾਅੱਲਾ ਤਾਲਾ, ਜੇ ਇਨਸ਼ਾਅੱਲਾ ਤਾਲਾ ਪੰਜਾਂ ਦਿਨਾਂ ਵਿੱਚ ਫਿਰ ਤੁਹਾਡੀ ਮੁਸ਼ਕਲ ਡਰੇਗੀ, ਤੁਹਾਨੂੰ ਜੋ ਚਾਹੀਦਾ ਤੁਹਾਨੂੰ ਮਿਲੇਗਾ। ਲੇਕਿਨ ਹੋਣੀ ਜਾਇਜ਼ ਚੀਜ਼ ਚਾਹੀਦੀ ਹੈ, ਨਜਾਇਜ਼ ਨਹੀਂ ਹੋਣੀ ਚਾਹੀਦੀ। ਤੁਹਾਨੂੰ ਪਹਿਲੇ ਦੱਸਿਆ ਵੀ 100 ਗੱਲਾਂ ਦੀ ਕੋਈ ਗੱਲ, ਜੇ ਨਜਾਇਜ਼ ਨਹੀਂ ਜੇ ਕਰਨੀ, ਜਾਇਜ਼ ਵਾਸਤੇ ਹੈਗਾ ਜੇ ਕੰਮ, ਅਮਲ ਜਿਹੜਾ ਹੈਗਾ 1.25 ਲੱਖ ਦਾ, ਪੰਜ ਦਿਨ 'ਚ ਕਰਨਾ। ਸੁਬਹਾ ਦੇ ਟਾਈਮ ਨਮਾਜ਼ ਪੜ੍ਹੋ, ਫਜਰ ਦੀ ਨਮਾਜ਼ ਪੜ੍ਹ ਕੇ ਇੱਕ ਤਸਬੀ ਅਸਤਗਫਿਰੁੱਲਾਹ ਰੱਬੀ, ਅਸਤਗਫਿਰੁੱਲਾਹ ਰੱਬੀ, ਇਹ ਇੱਕ ਤਸਬੀ ਪੂਰੀ ਕੱਢੋ 100 ਵਾਲੀ। ਉਸ ਤੋਂ ਬਾਅਦ ਇੱਕ ਤਸਬੀ ਦਰੂਦ ਸ਼ਰੀਫ ਦੀ ਪੜ੍ਹੋ, ਜਿਹੜੀ ਵੀ ਤੁਸੀਂ ਤੁਹਾਨੂੰ ਦਰੂਦ ਸ਼ਰੀਫ ਯਾਦ ਹੈਗਾ, ਜਿਹੜਾ ਵੀ ਤੁਹਾਨੂੰ ਦਰੂਦ ਪਾ ਕੇ ਨਾ, ਦਰੂਦ ਦਰੂਦ ਹੀ ਹੈਗਾ, ਦਰੂਦ ਪੜ੍ਹੋਗੇ ਇੱਕ ਤਸਬੀ ਅਸਤਗਫਾਰ ਦੀ ਹੋਈ, ਅਸਤਗਫਿਰੁੱਲਾਹ ਰੱਬੀ, ਚਾਹੇ ਤੁਸੀਂ ਪੂਰਾ ਹੀ ਪੜ੍ਹ ਸਕਦੇ ਹੋ, ਅਸਤਗਫਿਰੁੱਲਾਹ ਰੱਬੀ ਮਿਨ ਕੁੱਲੇ ਜ਼ੰਬਿ ਅਜ਼ਨਬਤੁ ਵਅਤੂਬ ਇਲੈਹ, ਜਾਂ ਇੱਕ ਤਸਬੀ ਅਸਤਗਫਿਰੁੱਲਾਹ ਰੱਬੀ, ਇਹ ਦੋਨਾਂ ਜਿਹੜਾ ਮਰਜ਼ ਤੁਸੀਂ ਕਰ ਸਕਦੇ ਹੋ, ਠੀਕ ਹੈ। ਔਰ ਇੱਕ ਤਸਬੀ ਦਰੂਦ ਸ਼ਰੀਫ ਦੀ ਪਹਿਲੇ ਪੜ੍ਹਨੀ ਹੈ, ਇੱਕ ਤਸਬੀ ਲਾਜ਼ਮ ਪੜ੍ਹਨੀ ਤੁਸੀਂ ਪਹਿਲੇ ਦਰੂਦ ਸ਼ਰੀਫ ਦੀ, ਜਿਹੜਾ ਤੁਹਾਨੂੰ ਜ਼ਰੂਰ ਯਾਦ ਹੈ। ਉਸ ਮੇਰੇ ਬਾਅਦ ਦੋਸਤੋ ਤੁਸੀਂ ਟਾਈਮ ਨਹੀਂ ਦੇਖਣ, ਟਾਈਮ ਕਿੰਨਾ ਲੱਗਦਾ, ਤੁਹਾਡੇ 5 ਘੰਟੇ ਲੱਗਦੇ ਨੇ, ਤੁਹਾਡੇ 6 ਘੰਟੇ ਲੱਗਦੇ, ਤੁਸੀਂ ਇਹ ਬੇਫਿਕਰ ਹੋ ਕੇ ਬਸ ਆਪਣੇ ਤਨਹਾਈ ਪਸੰਦ ਨਹੀਂ, ਕਮਰਾ ਖਾਲੀ ਕਰ ਲੈਣਾ, ਜਾਂ ਮਸੀਤ ਚਲੇ ਜਾਓ, ਕੋਈ ਜੈਂਟਸ ਹੈ, ਕੋਈ ਲੜਕਾ ਹੈ, ਕੋਈ ਬੁੱਢਾ ਬੰਦਾ ਹੈ, ਕੋਈ ਚਾਚਾ ਹੈ, ਤਾਇਆ ਹੈ, ਉਹ ਤਾਂ ਜਾ ਕੇ ਕਰੇ ਨਾ ਮਸੀਤ 'ਚ, ਜਾਂ ਜਿਹੜਾ ਆਮ ਔਰਤ ਦਾ ਘਰ ਹੈ ਉਹਨੂੰ ਇਹ ਘਰ ਕਮਰਾ ਖਾਲੀ ਕਰ ਲਏ, ਇੱਕ ਸ਼ਹਿਰ 'ਤੇ ਮਸਾਲਾ ਡਾਲੇ, ਕੋਈ ਟੁੱਟਦਾ ਫਿਰਦਾ ਟੁੱਟਣ ਦਿਓ ਤੁਸੀਂ, ਲੇਕਿਨ ਤੁਸੀਂ ਆਪਣੇ ਪੜ੍ਹਾਈ ਵੱਲ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਦੱਸਦਾ ਲੋ ਮੇਰੇ ਦੋਸਤੋ, 1.25 ਲੱਖ 5 ਦਿਨ 'ਚ ਤੁਸੀਂ ਇਹ ਵਜ਼ੀਫਾ ਪੜ੍ਹਨਾ ਬਿਸਮਿਲ੍ਲਾ ਸ਼ਰੀਫ, ਔਰ 5 ਦਿਨਾਂ ਦੇ ਵਿੱਚ ਵਿੱਚ ਤੁਸੀਂ ਦੇਖਣਾ ਤੁਹਾਡੇ ਨਾਲ ਕੈਸੇ ਕੈਸੇ ਕਿਸਮੇ ਹੁੰਦੇ ਨੇ, ਕੈਸੇ ਕੈਸੇ ਕਮਾਲਾਤ ਹੁੰਦੇ ਤੁਹਾਡੇ ਨਾਲ, ਜਿਹੜੀ ਤੁਸੀਂ ਅੱਲਾਹ ਤਾਲਾ ਅੱਗੇ ਫਰਮਾਇਸ਼ ਕਰਨੀ, ਦਰਖਾਸਤ ਕਰਨੀ ਹੈ, ਤੁਹਾਡੀ ਕਿਸ ਤਰ੍ਹਾਂ ਕਬੂਲ ਫਟਾਫਟ ਹੋਏਗੀ, ਫਟਾਫਟ ਜਿਹਨੂੰ ਕਹਿੰਦੇ ਚੁਟਕੀ ਨਾਲ ਕੰਮ ਹੋਣਾ, ਉਹ ਇਹ ਚੀਜ਼ ਹੈਗੀ ਬਿਸਮਿਲ੍ਲਾ ਸ਼ਰੀਫ। 10 ਸਾਲ ਤੋਂ ਲੱਗ ਕੇ 100 ਸਾਲ ਦਾ, 50 ਸਾਲ ਦਾ ਬੱਚਾ, ਬੁੱਢਾ, ਬੱਚੀ, ਬੱਚਾ ਪੜ੍ਹ ਸਕਦਾ। ਕਿਸੇ ਚੀਜ਼ ਦਾ ਤੁਹਾਨੂੰ ਖੌਫ ਨਹੀਂ ਹੋਣਾ ਚਾਹੀਦਾ ਬੱਚਿਓ, ਨਾ ਬਿਸਮਿਲ੍ਲਾ ਡਰਨਾ, ਨਾ ਡਰ ਹੈ ਜੋ ਕੋਈ ਤੁਹਾਨੂੰ ਦੱਸਦਾ, ਨੂਰ ਹੀ ਨੂਰ ਹੈਗਾ ਤੁਹਾਨੂੰ ਦੱਸਾਂ ਬਿਸਮਿਲ੍ਲਾ ਸ਼ਰੀਫ। ਅਤੇ ਮੇਰੇ ਦੋਸਤੋ ਅਤੇ ਮੇਰੇ ਪਿਆਰੇ ਬੱਚਿਓ, ਗੱਲ ਕਰਨੀ ਹੈ ਸੁਬਹਾ ਨਮਾਜ਼ ਪੜ੍ਹ ਕੇ ਇੱਕ ਤਸਬੀ ਅਸਤਗਫਿਰੁੱਲਾਹ ਪੜ੍ਹਨੀ ਹੈ, ਇੱਕ ਤਸਬੀ ਦਰੂਦ ਸ਼ਰੀਫ ਪੜ੍ਹਨੀ ਹੈ, ਉਸ ਤੋਂ ਬਾਅਦ 25,000 ਦਫ਼ਾ ਇੱਕੋ ਕਿਲੇ ਵਿੱਚ ਬਹਿ ਕੇ ਪੜ੍ਹਨਾ ਹੈ, ਨਹੀਂ ਤੁਸੀਂ ਹੁਣ ਪੜ੍ਹ ਕੇ ਬਗੈਰ ਰਾਤ ਨੂੰ ਪੜ੍ਹਨੀ, ਉਹ ਕੰਮ ਨਹੀਂ ਕਰਨਾ। ਸੁਬਹਾ ਦੀ ਨਮਾਜ਼ ਪੜ੍ਹ ਕੇ ਤੁਸੀਂ ਬਹਿ ਨਾ ਅੱਲਾਹ ਦਾ ਨਾਂ ਲੈ ਕੇ ਟੁੱਟਦੇ ਹੋ, ਫਿਰਦੇ ਹੋ ਕਮਰੇ ਦੇ ਵਿੱਚ, ਟੁੱਟਦੇ ਥੱਕਦੇ ਹੋ, ਟੁਰ ਫਿਰ ਕੇ ਕਮਰੇ 'ਚ ਪੜ੍ਹ ਲਓ, ਨਹੀਂ ਤਾਂ ਤੁਸੀਂ ਉਸ ਜਗ੍ਹਾ 'ਤੇ ਖਲੋ ਜਾਓ, ਉੱਠ ਜਾਓ, ਇੱਕ ਦਿਨ ਤੁਹਾਨੂੰ ਥੋੜ੍ਹੀ ਪਰੇਸ਼ਾਨੀ ਹੋਏਗੀ, ਦੂਸਰੇ ਦਿਨ ਇਨਸ਼ਾਅੱਲਾ ਤੁਹਾਡਾ, ਚਾਹੇ ਤੁਸੀਂ ਆਪਣੇ ਆਪ ਰਵਾਂ ਹੋ ਜਾਓਗੇ। ਦੋਸਤੋ ਕਰੋੜਾਂ ਰੁਪਈਆ ਲਾ ਕੇ ਜਿਹੜਾ ਕੰਮ ਨਹੀਂ ਨਾ ਹੁੰਦਾ, ਉਹ ਤੁਹਾਡੇ ਸਿਰਫ 1.25 ਲੱਖ ਬਿਸਮਿਲ੍ਲਾ ਪੜ੍ਹਨ ਨਾਲ ਤੁਹਾਡਾ ਕੰਮ ਹੋਏਗਾ। ਕਰੋੜਾਂ ਰੁਪਈਆ ਲਾ ਕੇ ਬੰਦਾ ਕਹਿੰਦਾ ਮੇਰਾ ਫਲਾਣਾ ਕੰਮ ਹੋ ਜਾਵੇ, ਮੇਰਾ ਫਲਾਣਾ ਕੰਮ ਹੋ ਜਾਵੇ, ਲੋਕ ਆਮਨਾ ਨੂੰ ਪੈਸੇ ਦਿੰਦੇ, ਤੁਹਾਨੂੰ ਕਿਸੇ ਨੂੰ ਦੇਣ ਦੀ ਜ਼ਰੂਰਤ ਪੈ ਗਈ। ਲੇਕਿਨ ਦੋਸਤੋ ਦਿਲ ਥੋੜ੍ਹਾ ਮਜ਼ਬੂਤ ਰੱਖ ਕੇ ਕਰੀਦਾ ਕੰਮ, ਜਿਹੜਾ ਵੀ ਕਰੀਏ ਅਮਲੀਆਤ ਦਾ ਐਸਾ ਕੰਮ ਹੈ, ਥੋੜ੍ਹਾ ਜਿਹਾ ਕਾਇਮ ਹੋ ਕੇ ਕਰਨਾ ਪੈਂਦਾ। ਲੋ ਦੋਸਤੋ ਉਸ ਤੋਂ ਬਾਅਦ ਤੁਸੀਂ ਪੜ੍ਹ ਕੇ ਬਹਿ ਗਏ, ਤਸਵੀ 1,000 ਵਾਲੀ ਹੋਣੀ ਚਾਹੀਦੀ, ਘੱਟ ਤੋਂ ਘੱਟ 1,000 ਵਾਲੀ ਤਸਵੀ ਬਣਾ ਲਓ, ਫਿਰ ਤੁਹਾਨੂੰ ਸਮਝੇਗੀ। 5 ਤਸਵੀਆਂ ਕੱਢਣੀਆਂ ਨੇ, 5 ਦਾਣੇ ਖਜੂਰ ਦੀਆਂ ਗਿਟਕਾਂ ਦੇ ਰੱਖ ਲਓ ਲਾ ਕੇ,
या किसी तस्वीर दाने पर ही रख लागे, एक तस्वीर हजार वाली कढ़ लवो, उस तो बाद एक दाना चुक सज्जे पास रख दो ताकि तुम भलेखा लगे भी असं कि दफा पढ़े क्योंकि थोड़ा जि दस दस तक जाना तो भुलना शुरू हो जाए इंसान जाना भुलना शुरू हो जाता है भुलना आज ही हो इंसान फिर तो जोड़ा बंदा पढ़ाई नहीं करता छेती भुलना शुरू हो जाता है जो थोड़ा उम्र का ज़्यादा हो भी भुल जाता है इसीलिए पंजी तस्वीर के दाने तुम रख लो एक सैड से जो एक दस तस्वीर आनी पूरी हो जाए उन्होंने एक दाना चुक के उन्होंने पहले पास रख दिता जो दोस्त करते करते पंजी तस्वीर तुम एक दिन पढ़निया ने और जोहर तो पहले पहले बड़े आराम तो पढ़ी जाएगी तुम दसदा जिसकी जबानी ना चलती वही पढ़ लेगा उसके बाद नमाज पढ़ के जोहर की नमाज पहले फिर तुम फर्ग हो जाओ करके पाँच छः घंटे में इंशाला कभी जी कामयाब हो जाओगे जो जबान ढी चलती है तो उस बाद फिर तुम एक तस्वीर दूसरी पढ़ लो और अल्लाह का दुआ करो गिड़गड़ा के दिलों दिलों होकर दुआ करनी है तो फिर तुम देखो अल्लाह ताला तुहाड़ी दुआ कबूल किस तरह नहीं करता। मैं कहना कहते हैं झट मंगने पट विया है वह गल जो तुम दसदा पंजाबी साढ़े मिसाल हैगी ना झट मंगने के पट विया तो तुम एक बार करनी है तो उस बाद देखना ताड़ा झटपट काम कैसे होंगे। तो मेरे दोस्तों तुम मैं बहुत ही आसान तरीका जो तुम सवा लाख कर लो उस तो बाद दिल करे तो तुम इन एक होर वजीफा कर लो तीन वजीफे कर लो तो बहुत ही अच्छे होंगे ने ठीक है लेकिन एक भी काफ़ी होंगे है उस तो बाद तादाद रखनी है छड़ना नहीं तादाद में यदि तादाद रखनी है तुम तुम पहले भी ताे मैं तुम दसिया है भी फजर दुनत पढ़ के तो फर्दा फर्जा तो पहले पे यानी कि सुनता तो बाद फर्जा तो दरम्यान 90 दफ़ा पढ़ लो बिस्मिल्लाह शरीफ लेकिन वो हर रोज़ पक्का रखना फिर 90 दफ़ा पढ़ो या 19 दफ़ा पढ़ो या 70 दफ़ा 70 दफ़े तादाद रख लो तो हो भी चंगी है क्योंकि साड़ी सरकार नबी पाक 70 दफ़ा अस्तगफार तुम पता पढ़ते होंगे किसी 70 की तादाद बहुत ही अच्छी है 70 तादाद में पढ़ोगे तो होर फायदा बड़ा अच्छा होएगा तुम दसदा। तो फिर मेरे दोस्तों हम तुम मैं दस दिता भी 1.25 लाख बिस्मिल्लाह शरीफ 5 दिन च किस तरह पढ़ी दी है और किस तरह के टाइम शुरू करनी है और की पहले पढ़ना है और बाद की पढ़ना करना बाद कितनी तादाद रखनी है। तो मेरे दोस्तों तुम घबरा मैं तुम दसिया इजाजत ले लो तो बहुत अच्छी गल है इजाजत लैके पढ़ोगे तो बुजुर्गों की पिछे हाथ होंगे फिर मैं टेंशन नहीं होती ठीक है तो तुम अपना ही पढ़ोगे तो तुम कोई ऐसा डर खतरा नहीं मैं भी तुम दसदा ठीक है डरने वाली कोई गल नहीं है जी तुम दसदा बचियो लेकिन इन पढ़ना हर रोज़ है जो तो पढ़ लवो 1.25 लाख कर लवो तुम नहीं 3.25 लाख कर सकते ना करो तुम 1.25 लाख कर लिया उस तो बाद तादाद जड़ी ना फिर तुम मैं कह रहा या 90 दफ़ा पढ़ो या इनू 70 दफ़ा पढ़ो मेरे ख्याल 70 दफ़ा तुम मैं क्या सब तो अच्छी तादाद 70 दफ़ा ही है ही है तो इन पढ़ोगे इंशाल्लाह तुहाड़ी जिंदगी भर दी मुश्किलां दूर होंदियां रहणगियां और तुसी बाबे आप नूं फिर तुसी इंशाल्लाह दुआवां भी दोगे और बाबे आप नूं इंशाल्लाह तुसी फिर दुआवां याद भी रखिया करो नाल। तो फिर इस वीडियो नूं मेरे दोस्तों मैं तुहानूं फिर कह रहा हां भी इस वीडियो सबसक्राइब भी करो लाइक करो शेयर भी करो। तो फिर अस्सलामु अलैकुम।